ਤਾਮਿਲਨਾਡੂ। ਜਿੱਧਰ ਨਜ਼ਰ ਘੁਮਾਓਗੇ ਹਰ ਗਲੀ ਮੁਹੱਲੇ ਪਿੰਡ ਕਸਬੇ ਸ਼ਹਿਰ ਵਿੱਚ ਛੋਟੇ ਅਤੇ ਵੱਡੇ ਆਸਥਾ ਦੇ ਇਹ ਪ੍ਰਤੀਕ ਅਤੇ ਇਹਨਾਂ ਵਿਚਾਲੇ ਨਿਯਮਾਂ ਅਤੇ ਕਾਇਦਿਆਂ ਤੇ ਸਵਾਲ ਚੁੱਕਦੇ ਹੋਏ ਇੱਕ ਵੱਖਰੀ ਸੋਚ। ਲਾੜੇ ਦਾ ਲਾੜੀ ਨੂੰ ਮੰਗਲ ਸੂਤਰ ਪਾਉਣਾ ਗਲੇ ਦੇ ਵਿੱਚ ਪੱਟੇ ਵਾਂਗ ਹੈ, ਇਸ ਲਈ ਮੈਨੂੰ ਮੰਗਲ ਸੂਤਰ ਪਸੰਦ ਨਹੀਂ। ਇਟ ਵਾਜ਼ਨਟ ਨਾ ਤਾਂ ਰੀਤੀ ਰਿਵਾਜ, ਨਾ ਮੰਦਰ ਅਤੇ ਨਾ ਹੀ ਧਰਮ ਦੇ ਨਾਲ ਜੁੜੀ ਕੋਈ ਵੀ ਚੀਜ਼ ਸਾਨੂੰ ਪਿਆਰ ਕਰਨ ਦੀ ਹਿੰਮਤ ਦਿੰਦੀ ਹੈ, ਬਲਕਿ ਉਲਟਾ ਸਾਨੂੰ ਡਰਾਉਂਦੀ ਹੈ। ਧਰਮ, ਜਾਤ ਅਤੇ ਲਿੰਗ ਦੀਆਂ ਲਕੀਰਾਂ ਨੂੰ ਟੱਪਦੀਆਂ ਬਰਾਬਰੀ ਵਾਲੇ ਸਮਾਜ ਦੀ ਕਲਪਨਾ ਕਰਦੀਆਂ ਕ੍ਰਿਤਿਕਾ ਅਤੇ ਕਵਿਤਾ। ਮੈਨੂੰ ਇੱਕ ਵੱਖਰੇ ਵਿਆਹ ਦਾ ਵਿਚਾਰ ਪਸੰਦ ਆਇਆ ਜੋ ਦਿਨ, ਸਮਾਂ ਅਤੇ ਕੁੰਡਲੀਆਂ ਤੇ ਨਿਰਭਰ ਨਹੀਂ ਹੈ। ਇਸ ਵਿੱਚ ਦੋਵੇਂ ਇੱਕੋ ਜਿਹੀ ਸਹੁੰ ਚੁੱਕਦੇ ਨੇ ਅਤੇ ਇਹ ਵਾਅਦਾ ਹੁੰਦਾ ਹੈ ਕਿ ਮੈਨੂੰ ਵੀ ਘਰ ਦੇ ਆਦਮੀ ਦੇ ਬਰਾਬਰ ਦਰਜਾ ਮਿਲੇਗਾ ਅਤੇ ਫੈਸਲੇ ਲੈਣ ਦੀ ਆਜ਼ਾਦੀ ਹੋਵੇਗੀ। ਨਾ ਮੰਗਲ ਸੂਤਰ, ਨਾ ਫੇਰੇ, ਨਾ ਪੰਡਿਤ, ਨਾ ਧਾਰਮਿਕ ਰੀਤੀ ਰਿਵਾਜ਼। ਪੂਰੇ ਦੇਸ਼ ਮੇ ਸਿਰਫ ਤਮਿਲਨਾਡੂ ਐਸਾ ਰਾਜ ਹੈ ਜਹਾਂ ਐਸੀ ਸ਼ਾਦੀ, ਜਿਸੇ ਸੈਲਫ ਰਿਸਪੈਕਟ ਮੈਰਿਜ ਕਹਾ ਜਾਤਾ ਹੈ, ਉਸੇ ਹਿੰਦੂ ਮੈਰਿਜ ਐਕਟ ਮੇ ਕਾਨੂੰਨੀ ਮਾਨਿਅਤਾ ਪ੍ਰਾਪਤ ਹੈ। ਕਿਉਂ ਕਰਤੇ ਹੈ ਲੋਕ ਐਸੀ ਸ਼ਾਦੀ? ਔਰ ਕਿਆ ਉਸਕੇ ਬਾਅਦ ਵੋ ਆਪਣੀ ਜ਼ਿੰਦਗੀ ਅਲੱਗ ਤਰ੍ਹਾਂ ਸੇ ਜੀਤੇ ਹੈ? ਕਿਆ ਕੋਈ ਏਕ ਤਰੀਕਾ ਹੋ ਸਕਤਾ ਹੈ ਹਿੰਦੂ ਹੋਣੇ ਕਾ? ਪਿੰਡ ਦੇ ਜੰਪਲ ਮੁੱਥੂ ਅਤੇ ਸ਼ਹਿਰੀ ਬਚਪਨ ਵਾਲੀ ਕ੍ਰਿਤਿਕਾ ਕਾਲਜ ਵਿੱਚ ਮਿਲੇ ਅਤੇ ਜਦੋਂ ਤੱਕ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਦੋਵਾਂ ਵਿਚਾਲੇ ਜਾਤ ਦੀ ਡੂੰਘੀ ਖਾਈ ਹੈ, ਉਦੋਂ ਤੱਕ ਦੋਵਾਂ ਨੂੰ ਪਿਆਰ ਹੋ ਗਿਆ। ਜਦੋਂ ਸਾਨੂੰ ਪਿਆਰ ਹੋਇਆ ਤਾਂ ਉਸ ਵੇਲੇ ਇੱਕ ਓਨਰ ਕਿਲਿੰਗ ਹੋਈ। ਗੌਰੀ ਨਹੀਂ, ਕੌਸ਼ਲਿਆ। ਕੌਸ਼ਲਿਆ ਦੇ ਪਤੀ ਸ਼ੰਕਰ ਨੂੰ ਉਸਦੇ ਪਰਿਵਾਰ ਵਾਲਿਆਂ ਨੇ ਮਾਰ ਦਿੱਤਾ ਸੀ। ਮੈਂ ਇੱਕ ਦਲਿਤ ਹਾਂ ਅਤੇ ਮੁੱਥੂ ਹੋਰ ਪਿਛੜੀ ਜਾਤੀ ਤੋਂ ਨੇ, ਉਹੀ ਜਾਤਾਂ ਜੋ ਕੌਸ਼ਲਿਆ ਅਤੇ ਸ਼ੰਕਰ ਦੀਆਂ ਸਨ। ਇਸ ਲਈ ਸਾਨੂੰ ਪਤਾ ਸੀ ਕਿ ਸਾਡਾ ਰਾਹ ਵੀ ਬਹੁਤ ਔਖਾ ਹੋਣ ਵਾਲਾ ਹੈ। ਸਾਡੇ ਨਾਲ ਵੀ ਅਜਿਹੀ ਹਿੰਸਾ ਹੋ ਸਕਦੀ ਹੈ, ਜਦਕਿ ਸਾਡੇ ਪਰਿਵਾਰ ਵਾਲੇ ਅਜਿਹੇ ਨਹੀਂ ਸਨ। ਮੈਂ ਡਰਿਆ ਨਹੀਂ ਸੀ, ਪਰ ਮੈਨੂੰ ਅਹਿਸਾਸ ਸੀ ਕਿ ਸਮਾਜ ਸਾਨੂੰ ਵੱਖ ਕਰ ਸਕਦਾ ਹੈ ਅਤੇ ਨੀਵਾਂ ਦਿਖਾ ਸਕਦਾ ਹੈ। ਕੁਝ ਲੋਕ ਸਾਨੂੰ ਮਾਰਨ ਦੀ ਹੱਦ ਤੱਕ ਵੀ ਜਾ ਸਕਦੇ ਹਨ। ਆਪਣੇ ਪਿੰਡ ਵਿੱਚ ਵੱਡੇ ਹੁੰਦਿਆਂ ਮੈਂ ਵੀ ਅਜਿਹੇ ਲੋਕਾਂ ਅਤੇ ਅਜਿਹੀ ਸੋਚ ਦਾ ਹਿੱਸਾ ਸੀ। ਜਾਤ ਦੇ ਨਾਮ ਤੇ ਮਾਣ ਮਹਿਸੂਸ ਕਰਨਾ, ਵਿਤਕਰਾ ਕਰਨਾ। ਪਰ ਜਦੋਂ ਮੈਨੂੰ ਕ੍ਰਿਤਿਕਾ ਨਾਲ ਪਿਆਰ ਹੋਇਆ ਤਾਂ ਮੇਰੇ ਮਨ ਵਿੱਚ ਸਵਾਲ ਉੱਠਣ ਲੱਗੇ। ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਸੋਚ ਗਲਤ ਸੀ। ਆਇਰਮ ਆਇਰਮ ਵਯਦੇਰੀ ਨਾਲੋਂ ਪਸੰਜੜੀਨ ਪਛੇਮਾਈ ਮਨਕਿਰਤ। ਕ੍ਰਿਤਿਕਾ ਅਤੇ ਮੁੱਥੂ ਨੇ ਤੈਅ ਕੀਤਾ ਕਿ ਸਾਰੇ ਕਾਇਦੇ ਤੋੜਾਂਗੇ। ਵਿਆਹ ਦੇ ਸੱਦੇ ਵਿੱਚ ਦੇਵੀ ਦੇਵਤਾ ਅਤੇ ਸ਼ੁਭ ਮਹੂਰਤ ਨਹੀਂ, ਆਪਣੇ ਪਿਆਰ ਬਾਰੇ ਲਿਖਾਂਗੇ। ਵਿਆਹ, ਧਰਮ ਅਤੇ ਜਾਤ ਪਾਤ ਦੇ ਰੀਤੀ ਰਿਵਾਜ, ਪੰਡਿਤ, ਪੂਜਾ ਅਤੇ ਸੱਤ ਫੇਰਿਆਂ ਨਾਲ ਨਹੀਂ, ਦੋਸਤਾਂ, ਮਿੱਤਰਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਬਰਾਬਰੀ ਵਾਲਾ ਜੀਵਨ ਜਿਉਣ ਦੀਆਂ ਸਹੁੰਆਂ ਖਾ ਕੇ ਹੋਵੇਗਾ। ਅਤੇ ਇਹ ਸੈਲਫ ਰਿਸਪੈਕਟ ਮੈਰਿਜ ਯਾਨੀ ਸਵੈ ਮਾਣ ਵਾਲਾ ਵਿਆਹ ਉਹਨਾਂ ਨੇ ਕੀਤਾ। ਸੈਲਫ ਰਿਸਪੈਕਟ ਮੈਰਿਜ ਦੀ ਹਰ ਇੱਟ ਆਮ ਹਿੰਦੂ ਵਿਆਹ ਦੇ ਖਿਲਾਫ ਹੈ। ਸੈਲਫ ਰਿਸਪੈਕਟ ਮੈਰਿਜ ਦੇ ਵਿੱਚ ਆਦਮੀ ਅਤੇ ਔਰਤ ਦੇ ਲਈ ਕੋਈ ਵੱਖਰੀਆਂ ਸਹੁੰਆਂ ਨਹੀਂ ਹੁੰਦੀਆਂ, ਦੋਵੇਂ ਇੱਕੋ ਵਾਅਦਾ ਕਰਦੇ ਨੇ। ਮੈਂ ਸੈਲਫ ਰਿਸਪੈਕਟ ਮੈਰਿਜ ਕਿਉਂ ਚਾਹੁੰਦਾ ਹਾਂ?
ਕਿਉਂਕਿ ਮੁੰਡੇ ਕੁੜੀ ਨੂੰ ਵਿਆਹ ਕਰਵਾਉਣ ਲਈ ਸਿਰਫ ਕਾਨੂੰਨ ਦੀ ਲੋੜ ਹੁੰਦੀ ਹੈ। ਉਹ ਕਿੱਥੋਂ ਆਏ ਹਨ, ਉਹਨਾਂ ਦੀ ਜਾਤ, ਧਰਮ ਜਾਂ ਮਾਲੀ ਹਾਲਤ ਕੀ ਹੈ, ਕੁਝ ਮਾਇਨੇ ਨਹੀਂ ਰੱਖਦਾ। ਚੇਨਈ ਤੋਂ ਬਹੁਤ ਦੂਰ ਕੋਇੰਬਟੂਰ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਕਵਿਤਾ ਲਈ ਸਾਲ 2006 ਵਿੱਚ ਜਦੋਂ ਗੁਨਾ ਸੇਕਰਨ ਦਾ ਰਿਸ਼ਤਾ ਆਇਆ ਤਾਂ ਉਹ ਅਜਿਹਾ ਬਿਲਕੁਲ ਨਹੀਂ ਸੋਚਦੇ ਸਨ। ਜਦੋਂ ਮੇਰੇ ਵਿਆਹ ਦੀ ਗੱਲ ਚੱਲ ਰਹੀ ਸੀ ਤਾਂ ਮੈਂ ਵੀ ਕਿਸੇ ਹੋਰ ਔਰਤ ਵਾਂਗ ਸੁਪਨੇ ਦੇਖ ਰਹੀ ਸੀ। ਅਜਿਹਾ ਮੰਗਲ ਸੂਤਰ ਹੋਵੇਗਾ ਜਿਸ ਤੋਂ ਨਜ਼ਰ ਹੀ ਨਹੀਂ ਹਟੇਗੀ, ਮੱਥੇ ਤੇ ਸੰਦੂਰ ਅਤੇ ਪੈਰਾਂ ਤੇ ਬਿਛੂਏ ਹੋਣਗੇ। ਮੈਂ ਚਾਹੁੰਦਾ ਸੀ ਕਿ ਮੇਰੇ ਵਿਆਹ ਵਿੱਚ ਜਾਤ ਪਾਤ ਅਤੇ ਧਰਮ ਨੂੰ ਵਧਾ ਚੜਾ ਕੇ ਪੇਸ਼ ਨਾ ਕੀਤਾ ਜਾਵੇ। ਮੈਂ 2-3 ਕੁੜੀਆਂ ਵੇਖੀਆਂ, ਪਰ ਕਵਿਤਾ ਦਾ ਪਰਿਵਾਰ ਮੇਰੀ ਸ਼ਰਤ ਮੰਨਣ ਲਈ ਤਿਆਰ ਹੋ ਗਿਆ। ਉਸ ਵੇਲੇ ਅਸੀਂ ਚਾਹੁੰਦੇ ਸੀ ਕਿ ਵਿਆਹ ਬਿਨਾਂ ਕਿਸੇ ਸਮੱਸਿਆ ਦੇ ਹੋ ਜਾਵੇ। ਫਿਰ ਜੋ ਕਹਿ ਰਹੇ ਸਨ ਉਹ ਵੱਖਰਾ ਅਤੇ ਚੰਗਾ ਲੱਗ ਰਿਹਾ ਸੀ। ਆਮ ਸੱਦੇ ਦੇ ਵਿੱਚ ਕੁੰਡਲੀ ਮਿਲਾਨ, ਮਹੂਰਤ ਆਦਿ ਲਿਖਿਆ ਹੁੰਦਾ ਹੈ। ਸਾਡਾ ਬਿਲਕੁਲ ਹੀ ਵੱਖਰਾ ਸੀ, ਜੋ ਮੈਨੂੰ ਪਸੰਦ ਆਇਆ। ਸਾਡਾ ਵਿਆਹ ਬਹੁਤ ਸਾਦਾ ਸੀ, ਅਸੀਂ ਕੁਦਰਤ ਦੀ ਸਹੁੰ ਖਾਧੀ। ਪਾਣੀ, ਸ੍ਰਿਸ਼ਟੀ, ਅੱਗ ਅਤੇ ਹਵਾ ਸਾਡੇ ਗਵਾਹ ਸਨ। ਮੇਰੇ ਮਾਪਿਆਂ ਨੂੰ ਮਨਾਉਣਾ ਜ਼ਿਆਦਾ ਔਖਾ ਸੀ। ਉਹ ਚਾਹੁੰਦੇ ਸਨ ਕਿ ਵਿਆਹ ਪੰਡਿਤ ਕਰੇ। ਮੈਂ ਕਿਹਾ ਜੇਕਰ ਅਜਿਹਾ ਹੋਇਆ ਤਾਂ ਮੈਂ ਮੰਡਪ ਛੱਡ ਕੇ ਚਲਾ ਜਾਵਾਂਗਾ। ਇਸ ਤਰ੍ਹਾਂ ਉਹਨਾਂ ਨੂੰ ਮੇਰੀ ਗੱਲ ਮੰਨਣੀ ਪਈ। ਪਰਿਵਾਰ ਨੇ ਇੱਕ ਗੱਲ ਫਿਰ ਵੀ ਨਹੀਂ ਮੰਨੀ, ਕਵਿਤਾ ਨੂੰ ਮੰਗਲ ਸੂਤਰ ਪਾਉਣਾ ਪਿਆ। ਫਿਰ 7 ਸਾਲ ਬਾਅਦ ਗੁਨਾ ਸੇਕਰਨ ਨੇ ਕੈਂਚੀ ਲੈ ਕੇ ਉਸਨੂੰ ਵੀ ਕੱਟ ਦਿੱਤਾ। ਸਾਲ 2024 ਵਿੱਚ ਮਨੂ ਸਿਮਰਤੀ ਸਾੜਨ ਦਾ ਇੱਕ ਪ੍ਰੋਗਰਾਮ ਸੀ। ਮੈਂ ਉਸ ਵਿੱਚ ਕਵਿਤਾ ਦਾ ਮੰਗਲ ਸੂਤਰ ਹਟਾ ਦਿੱਤਾ। ਮੈਂ ਸ਼ੁਰੂ ਤੋਂ ਹੀ ਉਸਨੂੰ ਸਮਝਾਇਆ ਕਿ ਮੰਗਲ ਸੂਤਰ ਔਰਤ ਦੀ ਆਪਣੇ ਪਤੀ ਪ੍ਰਤੀ ਗੁਲਾਮੀ ਦਾ ਪ੍ਰਤੀਕ ਹੈ। ਮੈਂ ਉਸਨੂੰ ਪੇਰੀਆਰ ਸਮਰਥਕਾਂ ਦੀਆਂ ਮੀਟਿੰਗਾਂ ਵਿੱਚ ਲੈ ਕੇ ਜਾਂਦਾ ਰਿਹਾ ਤਾਂ ਜੋ ਉਹ ਉਹਨਾਂ ਤੋਂ ਸੁਣੇ ਕਿ ਮੰਗਲ ਸੂਤਰ ਇੱਕ ਪਟੇ ਵਾਂਗ ਹੈ। ਫਿਰ ਉਹ ਸਮਝ ਗਈ। ਅਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਸੀ, ਇਸੇ ਲਈ ਅਸੀਂ ਸਟੇਜ ਤੇ ਮੰਗਲ ਸੂਤਰ ਕੱਟਿਆ। ਉਹਨਾਂ ਨੇ ਮੇਰੇ ਮੰਗਲ ਸੂਤਰ ਪਾਇਆ ਸੀ ਅਤੇ ਮੈਂ ਉਹਨਾਂ ਕੋਲੋਂ ਹੀ ਉਤਰਵਾਇਆ। ਮੈਂ ਬਸ ਖੁਸ਼ ਹਾਂ, ਇਤਮਿਨਾਨ ਦੇ ਵਿੱਚ ਹਾਂ। ਮੈਂ ਦਾਸੀ ਨਹੀਂ ਹਾਂ। ਮੈਂ ਦੁਬਾਰਾ ਮੰਗਲ ਸੂਤਰ ਤਾਂ ਹੀ ਪਾਵਾਂਗੀ ਜੇਕਰ ਮੇਰਾ ਪਤੀ ਵੀ ਮੰਗਲ ਸੂਤਰ ਪਾਏਗਾ। ਕਵਿਤਾ ਨੇ ਵੀ ਵਿਆਹ ਦਾ ਵੱਖਰਾ ਤਰੀਕਾ ਚੁਣ ਕੇ ਆਪਣੀ ਜ਼ਿੰਦਗੀ ਦੀ ਰਾਹ ਵੀ ਬਦਲੀ ਅਤੇ ਹੁਣ ਉਹ ਆਪਣੀ ਧੀ ਨੂੰ ਨਿਡਰ ਅਤੇ ਆਤਮ ਨਿਰਭਰ ਬਣਾਉਣਾ ਚਾਹੁੰਦੇ ਨੇ। ਕਵਿਤਾ ਆਪਣੇ ਪਿੰਡ ਦੀ ਇਕਲੌਤੀ ਵਿਆਹੀ ਹੋਈ ਔਰਤ ਹੈ ਜੋ ਮੰਗਲ ਸੂਤਰ ਨਹੀਂ ਪਹਿਨਦੇ। ਜਦੋਂ ਦਾ ਮੈਂ ਮੰਗਲ ਸੂਤਰ ਉਤਾਰਿਆ ਮੇਰੀ ਮਾਂ ਉਦੋਂ ਦੀ ਹੀ ਮੇਰੇ ਨਾਲ ਗੱਲ ਨਹੀਂ ਕਰ ਰਹੀ। ਸਮਾਜ ਸੋਚਦਾ ਹੈ ਕਿ ਔਰਤ ਮਰਦ ਦੇ ਸਹਾਰੇ ਤੋਂ ਬਿਨਾਂ ਨਹੀਂ ਰਹਿ ਸਕਦੀ। ਇਹ ਗਲਤ ਹੈ। ਔਰਤ ਆਪਣੇ ਬਲਬੂਤੇ ਤੇ ਆਪਣੀ ਜ਼ਿੰਦਗੀ ਬਣਾ ਸਕਦੀ ਹੈ। ਮੇਰੀ ਪ੍ਰਾਪਤੀ ਇਹੀ ਹੈ ਕਿ ਹੁਣ ਹੋਰ ਔਰਤਾਂ ਨੂੰ ਮੈਨੂੰ ਦੇਖ ਕੇ ਹੌਂਸਲਾ ਤੇ ਹਿੰਮਤ ਮਿਲੇ। ਕ੍ਰਿਤਿਕਾ ਅਤੇ ਮੁੱਥੂ ਵੀ ਜਾਣਦੇ ਨੇ ਕਿ ਜੋ ਉਹਨਾਂ ਨੇ ਕੀਤਾ, ਬਹੁਤ ਘੱਟ ਲੋਕ ਇਹ ਰਸਤਾ ਚੁਣਦੇ ਨੇ। ਜੇ ਅਸੀਂ ਘੱਟਾਂ ਤਾਂ ਕੀ ਹੋਇਆ, ਮੈਨੂੰ ਯਕੀਨ ਹੈ ਕਿ ਸੈਲਫ ਰਿਸਪੈਕਟ ਮੈਰਿਜ ਖਤਮ ਨਹੀਂ ਹੋਵੇਗੀ, ਇਹ ਭਵਿੱਖ ਵਿੱਚ ਵੀ ਹੁੰਦੀ ਰਹੇਗੀ। ਵੀ ਚੋਸ ਸੈਲਫ ਰਿਸਪੈਕਟ ਮੈਰਿਜ ਬਿਕਾਜ਼ ਅਸੀਂ ਸੈਲਫ ਰਿਸਪੈਕਟ ਮੈਰਿਜ ਨੂੰ ਇਸ ਲਈ ਚੁਣਿਆ ਕਿਉਂਕਿ ਇਸ ਦੇ ਸੰਸਥਾਪਕ ਪੈਰੀਆਰ ਅਤੇ ਉਹਨਾਂ ਵਰਗੇ ਆਗੂਆਂ ਨੇ ਅਜਿਹਾ ਆਧਾਰ ਤਿਆਰ ਕੀਤਾ ਹੈ। ਸਮਾਜ ਦੇ ਲੋਕਾਂ ਦੀ ਸੋਚ ਨੂੰ ਬਦਲਿਆ ਕਿ ਅੱਜ ਅਸੀਂ ਦੋ ਦਿਲਾਂ, ਦੋ ਪਰਿਵਾਰਾਂ ਅਤੇ ਦੋ ਸਮਾਜਾਂ ਦੇ ਨਾਲ ਇਕੱਠੇ ਰਹਿਣ ਦੇ ਯੋਗ ਹਾਂ।